ਪਹਿਲਾ ਸਵਾਲ ਇਹ ਹੈ ਕਿ ਕੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹਰਾਇਆ ਜਾਂ ਦੂਸਰਾ ਗੱਲ ਹੈ ਕਿ ਕੀ ਸਿਮਰਜੀਤ ਸਿੰਘ ਮਾਨ ਨੂੰ ਜਿਤਾਇਆ ਹੈ VOTING ਪਰਸੈਂਟੇਜ ਬਹੁਤ ਡਾਊਨ ਗਈ ਹੈ ਕਿ ਇਵਨ ਆਦਤੋਂ ਵੱਧ ਲੋਕਾਂ ਨੇ ਇਹਦੇ ਵਿੱਚ ਹਿੱਸਾ ਹੀ ਨਹੀਂ ਲਿਆ ਹੈਗਾ ਤਾਂ ਇਹ ਜਿਹੜਾ ਇੱਕ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਇਹਨੂੰ ਅਸੀਂ ਸਾਈਨ ਮੰਨਦੇ ਆ ਕਿ ਲੋਕਾਂ ਦੇ ਵਿੱਚ ਜਿਹੜੀ ਪਾਰਟੀ ਹੈ ਸੱਤਾ ਦੇ ਵਿੱਚ ਹੈ ਉਹਦੇ ਖਿਲਾਫ ਕੋਈ ਗੁੱਸਾ ਤਾਂ ਨਹੀਂ ਹੈਗਾ ਗੁੱਸਾ ਨਹੀਂ ਹੈਗਾ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਲੋਕ ਖੁਸ਼ ਨੇ ਰੋਸ ਹੋ ਸਕਦਾ ਪਰ ਗੁੱਸਾ ਨਹੀਂ ਕਿਉਂਕਿ ਜਦੋਂ ਗੁੱਸੇ ਦੇ ਨਾਲ ਪਬਲਿਕ ਵੋਟ ਕਰਦੀ ਹੈ ਨਾ ਤਾਂ ਉਦੋਂ ਵੋਟ ਪਰਸੈਂਟੇਜ ਹਾਈ ਜਾਂਦੀ ਹੈ ਆਮ ਆਦਮੀ ਪਾਰਟੀ ਨੇ ਜਿਹੜੇ ਰਾਜ ਸਭਾ ਦੇ ਵਿੱਚ ਮੈਂਬਰ ਭੇਜੇ ਨੇ ਜਿਹੜੇ ਮੈਂਬਰ ਭੇਜੇ ਸੀਗੇ ਉਹਦੇ ਤੋਂ ਪੰਜਾਬ ਥੋੜਾ ਜਿਆਦਾ ਰੋਸ ਦੇ ਵਿੱਚ ਸੀਗਾ ਕਿ ਸ਼ਾਇਦ ਦਿੱਲੀ ਦੇ ਨਾਲ ਮਿਲ ਕੇ ਚੱਲ ਰਿਹਾ ਕੰਮ ਸਿਮਰਨਜੀਤ ਸਿੰਘ ਮਾਨ ਇਕਲੌਤੇ ਕੈਂਡੀਡੇਟ ਉੱਥੇ ਬਚ ਗਏ ਸੀਗੇ ਜਿਨ੍ਹਾਂ ਤੇ ਲੋਕਾਂ ਦਾ ਹੀ ਵਿਸ਼ਵਾਸ ਹੋਇਆ ਕਿ ਇਹ ਮਤਲਬ ਜੋ ਫੈਡਰਲ ਸਟਰਕਚਰ ਦੇ ਵਿੱਚ ਦਿੱਲੀ ਨਾਲ ਸਾਡੀ ਜਿਹੜੀ ਸ਼ੁਰੂ ਤੋਂ ਮੁੱਢ ਤੋਂ ਚੱਲ ਰਹੀ ਹੈਗੀ ਹੈ ਜਦੋਂ ਜਹਦ ਆਪਣੇ ਰਾਈਟਸ ਨੂੰ ਲੈਣ ਦੀ ਉਹਦੇ ਤੇ ਇਹ ਪੈਰਾ ਦੇਣਗੇ ਕਾਂਗਰਸ ਜਿਹੜੀ ਹੈ ਉਹ ਓਵਰ ਆਲ ਡਾਊਨਫਾਲਸ ਜਾ ਰਹੀ ਹੈ ਭਾਜਪਾ ਜਿਹੜੀ ਕਿ ਦਿੱਲੀ ਸਰਕਾਰ ਦੀ ਨੁਮਾਇੰਦਗੀ ਕਰਦੀ ਹੈ ਉਸ ਨੂੰ ਪੰਜਾਬ ਨਹੀਂ ਪਸੰਦ ਕਰਦਾ ਹੈਗਾ ਤੀਸਰਾ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਦਿੱਲੀ ਨਾਲ ਉਸ ਤਰ੍ਹਾਂ ਲੜਿਆ ਹੀ ਨਹੀਂ ਹੈ ਇਤਿਹਾਸ ਦੇ ਵਿੱਚ ਇਤਿਹਾਸ ਜੇ ਪਿਛਲੇ 20 ਸਾਲਾਂ ਦੇ ਇਤਿਹਾਸ ਨੂੰ ਪਰੋਲੀਏ ਤਾਂ ਲੜਿਆ ਹੀ ਨਹੀਂ ਹੈ ਤੇ ਸਿਮਰਜੀਤ ਸਿੰਘ ਮਾਨ ਦੇ ਉੱਤੇ ਹੁਣ ਸਿਮਰਜੀਤ ਸਿੰਘ ਮਾਨ ਹੁਰਾ ਅੱਗੇ ਜਿਹੜਾ ਵੱਡਾ ਚੈਲੰਜ ਹੈ ਸਿਮਰਜੀਤ ਸਿੰਘ ਮਾਨ ਜਿੱਤੇ ਨੇ ਬੜੀ ਟਫ ਫਾਈਟ ਚ ਜਿੱਤੇ ਨੇ ਤਾਂ ਵੱਡਾ ਚੈਲੰਜ ਇਹ ਹੈ ਕਿ ਸਿਮਰਨਜੀਤ ਸਿੰਘ ਮਾਨ ਹੁਣ ਸਿੱਖਾਂ ਦੀ ਗਵਾਈ ਕਰਨਗੇ ਜਾਂ ਪੰਜਾਬੀਆਂ ਦੀ ਗਵਾਈ ਕਰਨਗੇ ਸੰਗਰੂਰ ਚੋਣਾਂ ਦੇ ਜੋ ਨਤੀਜੇ ਆਏ ਨੇ ਉਹਨਾਂ ਤੇ ਜੇ ਆਪਾਂ ਟਿੱਪਣੀ ਮੰਗ ਰਹੇ ਹਾਂ ਤਾਂ ਉਹਦੇ ਵਿੱਚ ਇਹ ਹੈ ਕਿ ਸੰਗਰੂਰ ਚੋਣਾਂ ਦਾ ਨਤੀਜਾ ਨਾ ਉਹ ਦੋ ਬੇਸਿਕ ਸਵਾਲਾਂ ਦੇ ਦਵਾਲੇ ਘੁੰਦਾ ਹੈਗਾ ਪਹਿਲਾ ਸਵਾਲ ਇਹ ਹੈ ਕਿ ਕੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹਰਾਇਆ ਜਾਂ ਦੂਸਰਾ ਗੱਲ ਹੈ ਕਿ ਕੀ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਹੈ ਜਿੰਨਾ ਤੱਕ ਆਮ ਆਦਮੀ ਪਾਰਟੀ ਦੇ ਗੱਲ ਕਰੀ ਉਹਨੂੰ ਹਰਾਉਣ ਦੀ ਗੱਲ ਸੋਚੀਏ ਜਾਂ ਅਬਜ਼ਰਵ ਕਰੀਏ ਤਾਂ ਉਹਦੇ ਵਿੱਚ ਇਹ ਹੈ ਕਿ VOTING ਪਰਸੈਂਟੇਜ ਬਹੁਤ ਡਾਊਨ ਗਈ ਹੈ ਕਿ ਐਵਨ ਆਦਤੋਂ ਵੱਧ ਲੋਕਾਂ ਨੇ ਇਹਦੇ ਵਿੱਚ ਹਿੱਸਾ ਹੀ ਨਹੀਂ ਲਿਆ ਹੈਗਾ ਤਾਂ ਇਹ ਜਿਹੜਾ ਇੱਕ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਇਹਨੂੰ ਅਸੀਂ ਸਾਈਨ ਮੰਨਦੇ ਆਂ ਕੇ ਲੋਕਾਂ ਦੇ ਵਿੱਚ ਜਿਹੜੀ ਪਾਰਟੀ ਆ ਸੱਤਾ ਦੇ ਵਿੱਚ ਆ ਉਹਦੇ ਖਿਲਾਫ ਕੋਈ ਗੁੱਸਾ ਤਾਂ ਨਹੀਂ ਹੈਗਾ ਗੁੱਸਾ ਨਹੀਂ ਹੈਗਾ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਲੋਕ ਖੁਸ਼ ਨੇ ਰੋਸ ਹੋ ਸਕਦਾ ਪਰ ਗੁੱਸਾ ਨਹੀਂ ਕਿਉਂਕਿ ਜਦੋਂ ਗੁੱਸੇ ਦੇ ਨਾਲ ਪਬਲਿਕ ਵੋਟ ਕਰਦੀ ਹੈ ਨਾ ਤਾਂ ਉਦੋਂ ਵੋਟ ਪਰਸੈਂਟੇਜ ਹਾਈ ਜਾਂਦੀ ਹੈਗੀ ਆ ਤਾਂ ਇੱਥੇ 50% ਤੋਂ ਵੀ ਘੱਟ VOTING ਹੋਈ ਆ ਤਾਂ ਔਰ ਪੂਰੇ ਇੰਡੀਆ ਦੇ ਵਿੱਚ ਜਿੰਨੇ ਬਾਅਦ ਇਲੈਕਸ਼ਨ ਹੋਏ ਨੇ ਸਭ ਤੋਂ ਘੱਟ VOTING ਸੰਗਰੂਰ ਦੇ ਵਿੱਚ ਹੋਈ ਆ ਪਰ ਫਿਰ ਵੀ ਜਿਹੜੇ ਨਤੀਜੇ ਆਏ ਨੇ ਉਹ ਨਤੀਜੇ ਬੜੇ ਹੈਰਾਨ ਕਰਨ ਵਾਲੇ ਨੇ ਕਿ ਉਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਨੂੰ maat ਦਿੱਤੀ ਹੈਗੀ ਆ ਤੇ ਉਹਦੇ ਵਿੱਚ ਜਦੋਂ ਅਸੀਂ VOTER ਨੇ ਕੀ ਸੋਚ ਕੇ ਵੋਟ ਪਾਈ ਹੋਗੀ ਤਾਂ ਜਦੋਂ ਅਸੀਂ ਉਹਦਾ VOTER ਦੇ ਮਾਈਂਡ ਨੂੰ ਜਦੋਂ ਅਸੀਂ ਪੜਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਉਹਦੀਆਂ ਪਿਛਲੀਆਂ ਘਟਨਾਵਾਂ ਜਿਹੜੀਆਂ ਨੇ ਉਹ ਦੇਖਣੀਆਂ ਪੈਣਗੀਆਂ ਕਿਉਂਕਿ ਉਹ ਤਾਰ ਜੁੜੀ ਹੋਈ ਹੁੰਦੀ ਹੈਗੀ ਤੇ ਪਿਛਲੀਆਂ ਘਟਨਾਵਾਂ ਨੂੰ ਜੇਕਰ ਅਸੀਂ ਸ਼ੁਰੂ ਕਰੀਏ ਤਾਂ ਸਾਡਾ ਸ਼ੁਰੂਆਤੀ ਜਿਹੜਾ ਪੁਆਇੰਟ ਹੈ ਹਜੇ ਵੀ ਜਿਹੜਾ ਬਹੁਤ ਜਿਹਦੀਆਂ ਯਾਦਾਂ ਹਜੇ ਤੱਕ ਵੀ ਤਾਜ਼ੀਆਂ ਨੇ ਪੰਜਾਬੀ ਜ਼ਿਹਨ ਦੇ ਵਿੱਚ ਉਹ ਹੈ ਕਿਸਾਨ ਅੰਦੋਲਨ ਕਿਸਾਨ ਅੰਦੋਲਨ ਇਸ ਕਰਕੇ ਬੜਾ ਇੰਪੋਰਟੈਂਟ ਹੈ ਖਾਸ ਕਰਕੇ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਕਿਉਂਕਿ ਇਹ ਪਹਿਲੀ ਵਾਰ ਹੋਇਆ ਜਿਹੜੀਆਂ ਹੁਣ ਜਨਰੇਸ਼ਨ ਸੀ ਜਦੋਂ ਕਿਸਾਨ ਅੰਦ ਮੋਰਚਾ ਲੱਗਿਆ ਦਿੱਲੀ ਤਾਂ ਅਦਰਵਾਇਜ਼ ਦਰਨੇ ਅੰਦੋਲਨ ਪ੍ਰਦਰਸ਼ਨ ਇਹ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਚੱਲਦੇ ਰਿਹਾ ਬਟ ਉਹ ਬੜਾ ਪ੍ਰੋਫੈਸ਼ਨਲਿਜ਼ਮ ਸੀ ਕਿ ਜਿਹੜੇ ਯੂਨੀਅਨ ਦੇ ਆਗੂ ਹੁੰਦੇ ਸੀ ਉਹ ਪ੍ਰੋਫੈਸ਼ਨਲ ਬੰਦੇ ਹੁੰਦੇ ਸੀ ਕਿ ਉਹ ਕਦੇ ਇਸ ਜਗ੍ਹਾ ਕਦੇ ਉਸ ਜਗ੍ਹਾ ਤੇ ਧਰਨਾ ਚੱਲਦਾ ਹੀ ਰਹਿੰਦਾ ਹੁੰਦਾ ਸੀ ਪਰ ਆਮ ਪਬਲਿਕ ਦੀ ਜਿਹੜੀ ਸ਼ਮੂਲੀਅਤ ਆ ਉਹ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਸਿਰਫ ਕਿਸਾਨ ਹੀ ਨਹੀਂ ਬਹੁਤ ਦੁਕਾਨਦਾਰ ਵੀ ਖੇਤ ਮਜ਼ਦੂਰ ਵੀ ਬਹੁਤ ਨੇ ਉੱਥੇ ਸ਼ਮੂਲੀਅਤ ਕੀਤੀ ਜਿਹੜੇ ਕਿਸਾਨ ਯੂਨੀਅਨ ਦੇ ਐਕਟਿਵ ਮੈਂਬਰ ਵੀ ਨਹੀਂ ਸੀਗੇ ਔਰ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕਿਸੇ ਧਰਨੇ ਤੇ ਗਏ ਸੀ ਪਹਿਲੀ ਵਾਰ ਕਿਸੇ ਸ਼ਮੂਲੀਅਤ ਤੇ ਗਏ ਸੀ ਕਿਸੇ ਨੇ ਪਹਿਲੀ ਵਾਰ ਸਰਕਾਰ ਦੇ ਖਿਲਾਫ ਨਾਅਰੇ ਲਾਏ ਸੀਗੇ ਤਾਂ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਬਿਲਸ ਦਾ ਵੀ ਨਹੀਂ ਪਤਾ ਸੀ ਬਟ ਇੱਕ ਜਿਹੜਾ ਅਹਿਸਾਸ ਜਿਹੜਾ ਪੰਜਾਬ ਪੰਜਾਬ ਨੂੰ ਜਿਹੜਾ ਐਡਵੈਂਚਰ ਜਿਹੜਾ ਪੰਜਾਬ ਕਰ ਰਿਆ ਸੀ ਜਿਹਦੇ ਵਿੱਚ ਉਹ ਸਵਾਦ ਲੈ ਰਿਆ ਸੀ ਪੰਜਾਬ ਉਹ ਸੀਗਾ ਕਿ ਉਹ ਦਿੱਲੀ ਨਾਲ ਲੜ ਰਹੇ ਨੇ ਤੇ ਜਦੋਂ ਤੁਸੀਂ ਕਿਸੇ ਤਕੜੀ ਧਰਨ ਨਾਲ ਲੜਦੇ ਆ ਤਾਂ ਉਦੋਂ ਜਿੱਤ ਹਾਰ ਉਹ ਨਹੀਂ ਮੈਨੇ ਨਹੀਂ ਰੱਖਦੀ ਹੈਗੀ ਤਕੜੀ ਧਰਨ ਨਾਲ ਲੜਨ ਦਾ ਜਿਹੜਾ ਇੱਕ ਜਿਹੜਾ ਸਵਾਦ ਸੀ ਉਹ ਪੰਜਾਬ ਜੇ ਹਿਸਟਰੀ ਦੇ ਵਿੱਚ ਦੇਖੀ ਤਾਂ ਸਦੀਆਂ ਤੋਂ ਹੀ ਲੰਦਾ ਆ ਰਿਹਾ ਕਿ ਤੇ ਉਸ ਨੂੰ ਇਸ ਨੂੰ ਇਸ ਐਡਵੈਂਚਰ ਨੂੰ ਬੜਾ ਜਿਉਂਦਾ ਹੈਗਾ ਬੜਾ ਤੇ ਪਰ ਕਿਸਾਨ ਤਰਨੇ ਦਾ ਕੀ ਹੋਇਆ ਕਿ ਕਿਸਾਨ ਤਰਨੇ ਦੇ ਵਿੱਚ ਜਿੱਤ ਵੀ ਤਰਨਾਕਾਰੀਆਂ ਦੀ ਪ੍ਰਦਰਸ਼ਨਕਾਰੀਆਂ ਦੀ ਜਿਹੜੀ ਹੋਈ ਸੀਗੀ ਜਿੱਤ ਉਹਦੇ ਵਿੱਚ ਜਦੋਂ ਉਹ ਆਮ ਬੰਦਾ ਜਿਹੜਾ ਕੱਲ ਤੱਕ ਸਿਰਫ ਖੇਤ ਜਾਂਦਾ ਸੀ ਜਾਂ ਆਪਣੇ ਕੰਮ ਧੰਦਿਆਂ 'ਚ ਲੱਗਿਆ ਸੀ ਔਰ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕਿਸੇ ਪ੍ਰਦਰਸ਼ਨ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੀ ਪਹਿਲੀ ਵਾਰ ਸੀਗੇ ਉਹਦੇ 'ਚ ਕਿਸਾਨ ਯੂਨੀਅਨ ਦਾ ਜਿਹੜਾ ਰੋਲ ਹੈ ਉਹਨੂੰ ਡਰਾਇਵ ਨਹੀਂ ਕੀਤਾ ਜਾਦਾ ਪਰ ਫੇਰ ਵੀ ਉਹਦੀ ਜਿਹੜੀ ਸ਼ਮੂਲੀਅਤ ਹੋਈ ਸੀ ਬਹੁਤ ਸਾਰੇ ਬੰਦੇ ਇਸ ਤਰ੍ਹਾਂ ਦੇ ਸੀਗੇ ਜਿਹੜੇ ਆਮ ਤੌਰ ਤੇ ਬਹੁਤੇ ਧਰਨਿਆਂ ਦੇ ਵਿੱਚ ਇਨਵੋਲਵ ਨਹੀਂ ਹੁੰਦੇ ਸੀਗੇ ਉਹ ਪਹਿਲੀ ਵਾਰ ਗਏ ਸੀ ਹੁਣ ਉਹ ਜਿੱਤ ਕੇ ਵਾਪਸ ਆ ਜਦੋਂ ਜਿੱਤ ਕੇ ਵਾਪਸ ਆ ਰਹੇ ਸੀਗੇ ਤਾਂ ਉਦੋਂ ਇਹ ਅਹਿਸਾਸ ਨਾਲ ਆ ਰਹੇ ਸੀ ਕਿ ਉਹ ਦਿੱਲੀ ਜਿੱਤ ਕੇ ਆ ਰਹੇ ਨੇ ਕਿਉਂਕਿ ਦਿੱਲੀ ਦੇ ਨਾਲ ਜਿਹੜੀ ਇੱਕ ਤਰ੍ਹਾਂ ਨਾਲ ਜਿਹੜੀ ਇਹ ਕੰਟਰਡਿਕਸ਼ਨ ਹੈ ਔਰ ਦਿੱਲੀ ਦੇ ਨਾਲ ਲੜਨਾ ਦਿੱਲੀ ਨੂੰ ਜਿੱਤਣਾ ਇਹ ਪੰਜਾਬੀ ਸਾਈਕੀ ਨੂੰ ਬੜਾ ਮਤਲਬ ਸੂਟ ਕਰਦਾ ਔਰ ਬੜਾ ਇੰਜੋਏ ਕਰਦਾ ਪੰਜਾਬ ਉਸ ਦਾ ਤੇ ਇਹਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਜਿਹੜੇ ਰਾਜ ਸਭਾ ਦੇ ਵਿੱਚ ਮੈਂਬਰ ਭੇਜੇ ਨੇ ਪੰਜ ਜਿਹੜੇ ਮੈਂਬਰ ਭੇਜੇ ਸੀਗੇ ਉਹਦੇ ਤੋਂ ਪੰਜਾਬ ਥੋੜਾ ਜਿਆਦਾ ਰੋਸ ਦੇ ਵਿੱਚ ਸੀਗਾ ਕਿ ਸ਼ਾਇਦ ਦਿੱਲੀ ਦੇ ਨਾਲ ਮਿਲ ਕੇ ਚੱਲ ਰਿਹਾ ਕੰਮ ਇਸ ਗੱਲ ਦੀ ਪਹਿਲਾਂ ਵੀ ਚੱਲ ਰਹੀ ਸੀਗੀ ਕਿ ਜਿਹੜਾ ਦਿੱਲੀ ਤੋਂ ਡਾਇਰੈਕਸ਼ਨਸ ਆ ਰਹੀਆਂ ਨੇ ਆਮ ਆਦਮੀ ਪਾਰਟੀ ਨੂੰ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸੀਗੇ ਉਹ ਇਸ ਚੀਜ਼ ਨੂੰ ਮੰਨ ਨਹੀਂ ਰਹੇ ਸੀਗੇ ਜਾਂ ਪਰ ਜਦੋਂ ਉਹ ਰਾਜ ਸਭਾ ਦੇ ਮੈਂਬਰਾਂ ਦੇ ਨਾਮ ਆਏ ਤਾਂ ਉਦੋਂ ਸ਼ਾਇਦ ਇਹ ਗੱਲ ਪੁਖਤਾ ਹੋਈ ਕਿ ਵੀ ਹਾਂ ਜਿਹੜੇ ਸਾਈਨਸ ਨੇ ਜਿਹੜੇ ਸਿਗਨਲ ਨੇ ਉਹ ਰਿਸੀਵ ਕਰ ਰਿਆ ਭਗਵੰਤ ਮਾਨ ਦਿੱਲੀ ਤੋਂ ਰਿਸੀਵ ਕਰ ਰਿਆ ਤੇ ਦਿੱਲੀ ਨਾਲ ਉਹ ਹੀ ਹਜੇ ਜ਼ਹਿਨ ਦੇ ਵਿੱਚ ਦਿੱਲੀ ਨਾਲ ਤਾਂ ਹੁਣੇ ਉਹ ਜੁਦ ਕਰਕੇ ਆਏ ਨੇ ਦਿੱਲੀ ਤੇ ਦਿੱਲੀ ਨਾਲ ਉਹ ਇਸ ਤਰ੍ਹਾਂ ਦੇ ਰਿਮੋਟ ਤੋਂ ਦਿੱਲੀ ਤੋਂ ਚੱਲੇ ਉਹ ਉਹਨਾਂ ਨੂੰ ਐਕਸੈਪਟ ਨਹੀਂ ਹੋ ਰਿਹਾ ਸੀ ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਫਿਰ ਸਿਮਰਨਜੀਤ ਸਿੰਘ ਮਾਨ ਕਿਵੇਂ ਮਤਲਬ ਇਹ ਹੋਇਆ ਕਿਉਂਕਿ ਜਦੋਂ ਜਿਹੜੀਆਂ ਬਾਕੀ ਪਾਰਟੀਆਂ ਨੇ ਬਾਕੀ ਤਿੰਨ ਪਾਰਟੀਆਂ ਰਹਿ ਗਈਆਂ ਭਾਜਪਾ ਕਾਂਗਰਸ ਤੇ ਅਕਾਲੀ ਦਲ ਹੁਣ ਕਾਂਗਰਸ ਹੈ ਜਿਹੜੀ ਕਾਂਗਰਸ ਦੀ ਵੀ ਜੋ ਕਮਾਂਡ ਹੈ ਉਹ ਦਿੱਲੀ ਤੋਂ ਚੱਲਦੀ ਹੈ ਭਾਜਪਾ ਦੀ ਵੀ ਦਿੱਲੀ ਤੋਂ ਚੱਲਦੀ ਹੈ ਤੇ ਸ਼ਰੋਮਨੀ ਅਕਾਲੀ ਦਲ ਹੈ ਜਿਹੜਾ ਸ਼ਰੋਮਨੀ ਅਕਾਲੀ ਦਲ ਨੇ ਜਦੋਂ-ਜਦੋਂ ਵੀ ਮਤਲਬ ਦਿੱਲੀ ਦੇ ਖਿਲਾਫ ਮੋਰਚਾ ਲਾਇਆ ਤਾਂ ਪੰਜਾਬ ਬਹੁਤ ਅੱਗੇ ਆ ਕੇ ਸ਼ਰੋਮਨੀ ਅਕਾਲੀ ਦਲ ਨਾਲ ਖੜਿਆ ਪਰ 1997 ਤੋਂ ਬਾਅਦ ਜਿਹੜੀ ਦਿੱਲੀ ਨਾਲ ਜਿਹੜੀ ਸਾਂਝ ਸੀਗੀ ਉਹ ਉਹ ਅਕਾਲੀ ਦਲ ਨੂੰ ਮਹਿੰਗੀ ਪੈ ਰਹੀ ਹੈ ਤੇ ਲੋਕਾਂ ਦਾ ਅਕਾਲੀ ਦਲ ਜਿਹੜਾ ਉਹ ਦਿੱਲੀ ਨਾਲ ਲੜੇਗਾ ਇਸ ਗੱਲ ਤੇ ਵਿਸ਼ਵਾਸ ਨਹੀਂ ਬਣਿਆ ਸਿਮਰਨਜੀਤ ਸਿੰਘ ਮਾਨ ਇਕਲੌਤੇ ਕੈਂਡੀਡੇਟ ਉੱਥੇ ਬਚ ਗਏ ਸੀਗੇ ਜਿਨ੍ਹਾਂ ਤੇ ਲੋਕਾਂ ਦਾ ਹੀ ਵਿਸ਼ਵਾਸ ਹੋਇਆ ਕਿ ਇਹ ਮਤਲਬ ਜੋ ਫੈਡਰਲ ਸਟਰਕਚਰ ਦੇ ਵਿੱਚ ਦਿੱਲੀ ਨਾਲ ਸਾਡੀ ਜਿਹੜੀ ਸ਼ੁਰੂ ਤੋਂ ਮੁੱਢ ਤੋਂ ਚੱਲ ਰਹੀ ਹੈਗੀ ਹੈ ਜद्दोजਹਿਦ ਆਪਣੇ ਰਾਈਟਸ ਨੂੰ ਲੈਣ ਦੀ ਉਹਦੇ ਤੇ ਇਹ ਪੈਰਾ ਦੇਣਗੇ ਸਿਮਰਨਜੀਤ ਸਿੰਘ ਮਾਨ ਇਸ ਕਰਕੇ ਬਣਿਆ ਕਿਉਂਕਿ ਮੈਂ ਇਸ ਕਰਕੇ ਤਾਂ ਕਹਿ ਰਿਹਾ ਕਿਉਂਕਿ ਸਿਮਰਨਜੀਤ ਸਿੰਘ ਮਾਨ ਆਦਰਵਾਇਜ਼ ਪੰਜਾਬ ਦੇ ਰੈਡੀਕਲ ਏਜੰਡੇ ਨਾਲ ਜੁੜੇ ਹੋਏ ਨੇ ਤੇ ਪੰਜਾਬ ਨੇ ਰੈਡੀਕਲ ਏਜੰਡੇ ਨੂੰ ਮੈਨੂੰ ਲੱਗਦਾ ਸੰਗਰੂਰ ਹਲਕੇ ਨੇ ਨਹੀਂ ਚੁਣਿਆ ਹੈਗਾ ਸਿਰਫ ਇਸ ਕਰਕੇ ਕਿ ਕਾਂਗਰਸ ਭਾਜਪਾ ਤੇ ਸ਼ਰੋਮਨੀ ਅਕਾਲੀ ਦਲ ਦਿੱਲੀ ਨਾਲ ਉਸ ਤਰ੍ਹਾਂ ਨਾਲ ਨਹੀਂ ਲੜ ਸਕਦਾ ਸੀ ਸਿਮਰਨਜੀਤ ਸਿੰਘ ਮਾਨ ਨੂੰ ਕਿਉਂਕਿ ਜਿਹੜਾ ਇੱਕ ਮੌਕੇ ਦਾ ਕਨਸੈਪਟ ਸੀ ਉਹ ਹਜੇ ਤੱਕ ਤਾਜ਼ਾ ਹੀ ਪਿਆ ਸੀਗਾ ਤਾਂ ਸਿਮਰਨਜੀਤ ਸਿੰਘ ਮਾਨ ਕਿਉਂਕਿ ਲਗਾਤਾਰ 1999 ਤੋਂ ਉਹ ਜਿੱਤ ਤੋਂ ਬਾਅਦ ਉਹ ਲਗਾਤਾਰ ਇਲੈਕਸ਼ਨ ਕੰਟੈਸਟ ਕਰ ਰਹੇ ਨੇ ਆਪਣਾ ਦਾਵਾ ਉਸ ਤਰ੍ਹਾਂ ਰੱਖ ਰਹੇ ਨੇ ਤਾਂ ਇੱਕ ਮੌਕੇ ਵਾਲਾ ਜਿਹੜਾ ਕਨਸੈਪਟ ਸੀਗਾ ਉਹ ਸ਼ਾਇਦ ਸਿਮਰਜੀਤ ਸਿੰਘ ਮਾਨ ਲਈ ਇਸ ਜਨਰੇਸ਼ਨ ਨੇ ਦਿੱਤਾ ਵੀ ਇੱਕ ਮੌਕਾ ਸਿਮਰਜੀਤ ਸਿੰਘ ਮਾਨ ਨੂੰ ਵੀ ਦਿੱਤਾ ਜਾਵੇ ਤਾਂ ਸਿਮਰਨਜੀਤ ਸਿੰਘ ਨੂੰ ਮਾਨ ਨੂੰ ਜਿਹੜਾ ਇਹ ਮੌਕਾ ਮਿਲਿਆ ਹੈਗਾ ਉਹ ਮੌਕਾ ਇਸ ਨਲਾਈਕੀ ਤੋਂ ਮਿਲਿਆ ਹੈਗਾ ਕਿ ਕਾਂਗਰਸ ਜਿਹੜੀ ਹੈ ਉਹ ਓਵਰਾਲ ਡਾਊਨਫਾਲਟ ਚ ਜਾ ਰਹੀ ਹੈ ਭਾਜਪਾ ਜਿਹੜੀ ਕਿ ਦਿੱਲੀ ਸਰਕਾਰ ਦੀ ਨੁਮਾਇੰਦਗੀ ਕਰਦੀ ਹੈ ਉਸ ਨੂੰ ਪੰਜਾਬ ਨਹੀਂ ਪਸੰਦ ਕਰਦਾ ਹੈਗਾ ਤੀਸਰਾ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਦਿੱਲੀ ਨਾਲ ਉਸ ਤਰ੍ਹਾਂ ਲੜਿਆ ਹੀ ਨਹੀਂ ਹੈ ਇਤਿਹਾਸ ਦੇ ਵਿੱਚ ਇਤਿਹਾਸ ਜੇ ਪਿਛਲੇ 20 ਸਾਲਾਂ ਦੇ ਇਤਿਹਾਸ ਨੂੰ ਫਰੋਲੀਏ ਤਾਂ ਲੜਿਆ ਹੀ ਨਹੀਂ ਹੈ ਤੇ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਹੁਣ ਸਿਮਰਨਜੀਤ ਸਿੰਘ ਮਾਨ ਹੁਰਾ ਅੱਗੇ ਜਿਹੜਾ ਵੱਡਾ ਚੈਲੰਜ ਹੈ ਸਿਮਰਨਜੀਤ ਸਿੰਘ ਮਾਨ ਜਿੱਤੇ ਨੇ ਬੜੀ ਟਫ ਫਾਈਟ ਚ ਜਿੱਤੇ ਨੇ ਤਾਂ ਵੱਡਾ ਚੈਲੰਜ ਇਹ ਹੈ ਕਿ ਸਿਮਰਨਜੀਤ ਸਿੰਘ ਮਾਨ ਹੁਣ ਸਿੱਖਾਂ ਦੀ ਗਵਾਈ ਕਰਨਗੇ ਜਾਂ ਪੰਜਾਬੀਆਂ ਦੀ ਗਵਾਈ ਕਰਨਗੇ ਕਿਉਂਕਿ ਸਿਮਰਨਜੀਤ ਸਿੰਘ ਮਾਨ ਜਦੋਂ ਪਹਿਲਾਂ ਉਹਨਾਂ ਨੂੰ ਮੌਕਾ ਮਿਲਿਆ ਸੀਗਾ ਤਾਂ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਆਪ ਨੂੰ ਸਿੱਖਾਂ ਦੀ ਏਗਵਾਈ ਤੱਕ ਸੀਮਤ ਕੀਤਾ ਸੀਗਾ ਤੇ ਜੇਕਰ ਸਿਮਰਨਜੀਤ ਸਿੰਘ ਮਾਨ ਹੁਣ ਫੇਰ ਸਿੱਖਾਂ ਦੇ ਆਗੂ ਬਣ ਕੇ ਲੋਕ ਸਭਾ 'ਚ ਬੈਠਣਗੇ ਤਾਂ ਸਿਮਰਨਜੀਤ ਸਿੰਘ ਮਾਨ ਦੇ ਭਵਿੱਖ ਨੂੰ ਵੀ ਮੈਂ ਬਹੁਤਾ ਲੰਬਾ ਨਹੀਂ ਦੇਖਦਾ ਹੈਗਾ ਹਾਂ ਜੇ ਪੰਜਾਬੀਆਂ ਦੀ ਏਗਵਾਈ ਲਈ ਕਿਉਂਕਿ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਖਲਾਅ ਹੈ ਜੇਕਰ ਸਿਮਰਨਜੀਤ ਸਿੰਘ ਮਾਨ ਪੰਜਾਬੀਆਂ ਦੀ ਏਗਵਾਈ ਕਰਨਗੇ ਤੇ ਦਿੱਲੀ ਦੇ ਖਿਲਾਫ ਔਰ ਪੰਜਾਬ ਦੇ ਹਿੱਤਾਂ ਲਈ ਫੈਡਰਲ ਸਟਰਕਚਰ ਦੇ ਵਿੱਚ ਸਟੇਟਸ ਦੇ ਹਿੱਤਾਂ ਲਈ ਖੜਨਗੇ ਤਾਂ ਉਹਨਾਂ ਲਈ ਬਹੁਤ ਸਾਰੇ ਦਰਵਾਜ਼ੇ ਖੁੱਲ ਜਾਣਗੇ ਸੋ ਸਿਮਰਨਜੀਤ ਸਿੰਘ ਮਾਨ ਹੋਰਾਂ ਅੱਗੇ ਜਿਹੜਾ ਸਭ ਤੋਂ ਵੱਡਾ ਚੈਲੰਜ ਹੈ ਉਹ ਆਪਦੇ ਏਜੰਡੇ ਨੂੰ ਸਿੱਖਾਂ ਦੇ ਏਜੰਡੇ ਤੋਂ ਲੈ ਕੇ ਪੰਜਾਬੀਆਂ ਦੇ ਏਜੰਡੇ ਤੇ ਸ਼ਿਫਟ ਕਰਨਾ ਹੈਗਾ ਕਿਉਂਕਿ ਇਤਿਹਾਸ ਵੀ ਇਹ ਦੱਸਦਾ ਮਾਸਟਰ ਤਾਰਾ ਸਿੰਘ ਸਿੱਖ ਏਜੰਡੇ ਤੇ ਰਹੇ ਤਾਂ ਸੰਤ ਫਤਿਹ ਸਿੰਘ ਨੇ ਉਹਨਾਂ ਨੂੰ ਰੀਪਲੇਸ ਕਰਤਾ ਪੰਜਾਬ ਦੇ ਏਜੰਡੇ ਦੇ ਪੰਜਾਬੀ ਦੇ ਏਜੰਡੇ ਤੇ ਲੈ ਕੇ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੂੰ ਮੌਕਾ ਮਿਲਿਆ 1989 ਸਿਮਰਨਜੀਤ ਸਿੰਘ ਮਾਨ ਸਿੱਖ ਏਜੰਡੇ ਤੇ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਪੈਰਲਲ ਏਜੰਡਾ ਦਿੱਤਾ ਪੰਜਾਬ ਪੰਜਾਬੀ ਤੇ ਪੰਜਾਬੀ ਦਾ ਤਾਂ ਸਿਮਰਨਜੀ ਮਾਰਜਨਲਾਈਜ਼ ਹੋ ਗਏ ਫਿਰ ਉਸ ਤੋਂ ਬਾਅਦ ਜਦੋਂ ਪ੍ਰਕਾਸ਼ ਸਿੰਘ ਬਾਦਲ 1997 ਤੋਂ ਜੇਕਰ 2017 ਦਾ ਦੌਰ ਕਿਹਾ ਜਾਵੇ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਦਾ ਦੌਰ ਹੈ ਉਸ ਦੌਰ ਦੇ ਵਿੱਚ ਪ੍ਰਕਾਸ਼ ਜਿਹੜਾ ਅਕਾਲੀ ਦਲ ਹੈ ਉਸ ਨੇ ਦਿੱਲੀ ਨਾਲ ਪਾਈਵਾਲੀ ਨੂੰ ਪ੍ਰੈਫਰੈਂਸ ਦਿੱਤੀ ਟਕਰਾਅ ਦੇ ਬਜਾਏ ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਕਾਨੂੰਨ ਸੀਗੇ ਜਿਨ੍ਹਾਂ ਦੇ ਵਿੱਚ ਹਾਮੀ ਭਰ ਦਿੱਤੀ ਜਿਨ੍ਹਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਲੜਦਾ ਆ ਰਿਹਾ ਸੀਗਾ ਇਹ ਗੱਲ ਫੇਰ ਪੰਜਾਬ ਨੂੰ ਹਜਮ ਨਹੀਂ ਆਈ ਤਾਂ ਹੁਣ ਜਿਹੜਾ ਸਿਮਰਜੀਤ ਸਿੰਘ ਮਾਨ ਨੂੰ ਦੂਸਰਾ ਮੌਕਾ ਮਿਲਿਆ ਔਰ ਇਹ ਵੀ ਉਸ ਮਾਨਸਿਕਤਾ ਚੋਂ ਨਿਕਲ ਆਈ ਕਿ ਇੱਕ ਮੌਕਾ ਸਿਮਰਜੀਤ ਸਿੰਘ ਮਾਨ ਨੂੰ ਵੀ ਦੇ ਕੇ ਦੇਖਿਆ ਜਾਵੇ ਤਾਂ ਸਿਮਰਜੀਤ ਸਿੰਘ ਮਾਨ ਅੱਗੇ ਜਿਹੜਾ ਵੱਡਾ ਚੈਲੰਜ ਰਹੇਗਾ ਕਿ ਉਹ ਆਪਣੇ ਆਪ ਨੂੰ ਪੰਜਾਬੀਆਂ ਦੇ ਨੇਤਾ ਦੇ ਤੌਰ ਤੇ ਸਾਬਤ ਕਰ ਸਕਦੇ ਆ ਜਾਂ ਨਹੀਂ ਜੇਕਰ ਉਹ ਫਿਰ ਸਿੱਖਾਂ ਦੇ ਨੇਤਾ ਬਣ ਕੇ ਹੀ ਜਾਣਗੇ ਕਿਉਂਕਿ ਪੰਜਾਬ ਦੀ ਜਿਹੜੀ ਧਰਾਤਲ ਆ ਉਹਦੇ ਵਿੱਚ ਜੋ ਜਿਉ ਉਹਨਾਂ ਨੇ ਸਿੱਖ ਨੇਤਾ ਬਣ ਦੀ ਕੋਸ਼ਿਸ਼ ਕੀਤੀ ਤਾਂ ਉਹ ਭਾਜਪਾ ਦੇ ਲਈ ਬੜਾ ਰਾ ਪੱਧਰਾ ਕਰ ਦੇਣਗੇ ਤੇ ਪੰਜਾਬ ਦੇ ਵਿੱਚ ਜਿਹੜਾ ਸਮਾਜਿਕ ਤੇ ਜਿਹੜਾ ਸਿਆਸੀ ਮਾਹੌਲ ਹੈ ਉਹ ਅੱਗੇ ਜਾ ਕੇ ਹੋਰ ਪੋਲਰਾਈਜੇਸ਼ਨ ਦੇ ਵਿੱਚ ਚਲਾ ਜਾਏਗਾ ਔਰ ਜੇਕਰ ਉਹ ਪੰਜਾਬੀਆਂ ਦੇ ਲੀਡਰ ਬਣ ਕੇ ਅੱਗੇ ਆਏ ਤਾਂ ਭਾਜਪਾ ਲਈ ਰਾ ਔਖਾ ਹੋ ਜਾਵੇਗਾ ਕਿਉਂਕਿ ਭਾਜਪਾ ਨੂੰ ਇਹ ਸੂਟ ਕਰਦਾ ਹੈਗਾ ਸਿਮਰਨਜੀਤ ਸਿੰਘ ਮਾਨ ਜੇਕਰ ਇੱਕ ਰੈਡੀਕਲ ਸਿੱਖੀ ਨੇਤਾ ਦੇ ਤੌਰ ਤੇ ਉੱਭਰਦੇ ਨੇ ਤਾਂ ਭਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਜਿਹੜੀ ਉਹ ਮੁੱਖ ਵਿਰੋਧੀ ਧਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਊਗੀ ਪਰ ਜੇਕਰ ਉਹ ਪੰਜਾਬੀਏ ਦੇ ਤੌਰ ਤੇ ਆਪਣੇ ਆਪ ਨੂੰ ਸਾਬਤ ਕਰ ਗਏ ਤਾਂ ਫਿਰ ਭਾਜਪਾ ਦਾ ਜਿਹੜਾ ਸਕੋਪ ਆ ਘਟ ਜਾਏਗਾ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਜਿਹੜਾ ਸਕੋਪ ਆ ਵਧ ਜਾਏਗਾ ਤੇ ਆਮ ਆਦਮੀ ਪਾਰਟੀ ਲਈ ਇਹ ਜਿਹੜੀ ਹਾਰ ਹੈ ਇਹ ਇੱਕ ਮੈਸੇਜ ਹੈ ਕਿ ਪੰਜਾਬ ਹੈ ਜਿਹੜਾ ਉਹ ਦਿੱਲੀ ਨਾਲ ਲੜ ਕੇ ਤਾਂ ਖੁਸ਼ ਹੈ ਪਰ ਦਿੱਲੀ ਤੋਂ ਚੱਲੇ ਇਹ ਭਗਵੰਤ ਮਾਨ ਹਰਿਆਣੇ ਨੂੰ ਜਰੂਰ ਸੋਚਣਾ ਪਊਗਾ ਕਿ ਉਹ ਆਪਣੇ ਜੋ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਇਹਨਾਂ ਨੂੰ ਹੋਰ ਜ਼ਿਆਦਾ ਵਰਕ ਕਰਨਾ ਪਊਗਾ ਕਿਉਂਕਿ ਜਿੰਨੀ ਜ਼ਿਆਦਾ ਤ توجہ ਭਗਵੰਤ ਮਾਨ ਔਰ ਉਹਦੀ ਪਾਰਟੀ ਨੂੰ ਦਿੱਤੀ ਗਈ ਹੈਗੀ ਹੈ ਤਾਂ ਉਹਨੀਆਂ ਉਮੀਦਾਂ ਵੀ ਵਧੀਆਂ ਨੇ ਤੇ ਉਹ ਉਮੀਦਾਂ ਦੇ ਵਿੱਚ ਜਿਹੜਾ ਬੇਸਿਕ ਜਿਹੜਾ ਪੁਆਇੰਟ ਰਹੇਗਾ ਕਿ ਪੰਜਾਬ ਤੇ ਪੰਜਾਬ ਤੋਂ ਹੀ ਰਾਜ ਚੱਲੇ ਜਾਂ ਦਿੱਲੀ ਤੋਂ ਚੱਲੇ ਤਾਂ ਇਹ ਜਿਹੜਾ ਜ਼ਹਿਨ ਦੇ ਵਿੱਚ ਪੰਜਾਬੀਆਂ ਦੇ ਵਿੱਚ ਇਹਦੇ ਉੱਤੇ ਭਗਵੰਤ ਮਾਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਇੰਡੀਪੈਂਡੈਂਸ ਨੂੰ ਸਾਬਤ ਕਰਨਾ ਪਵੇਗਾ ਤੇ ਇਹ ਆਉਣ ਵਾਲਾ ਸਮਾਂ ਬਾਕੀ ਦੱਸੇਗਾ ਕਿ ਪੰਜਾਬ ਦੀ ਸਿਆਸਤ ਕਿਸ ਕਰਵਟ ਬੈਠੇਗੀ ਕਿਉਂਕਿ ਪੰਜਾਬ ਦੀ ਸਿਆਸਤ ਹੈ ਜਿਹੜੀ ਹੁਣ ਕਰਵਟਾਂ ਬਦਲ ਰਹੀ ਹੈ